ਕੈਨੇਡਾ ਦੇ ਸਰੀ ਵਿੱਚ ਖਤਮ ਕੀਤੇ ਗਏ ਸਿੱਖ ਲੀਡਰ ਹਰਦੀਪ ਸਿੰਘ ਨਿੱਜਰ ਮਾਮਲੇ ਦੇ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਇੱਕ ਵਾਰੀ ਫੇਰ ਵੱਡਾ ਬਿਆਨ ਆਇਆ ਹੈ। ਟਰੂਡੋ ਨੇ ਕਿਹਾ ਕਿ ਅਸੀਂ ਭਾਰਤ ਨਾਲ ਮਿਲ ਕੇ ਇਸ ਕਾਂਡ ਨੂੰ ਸੁਲਝਾਉਣਾ ਚਾਹੁੰਦੇ ਹਾਂ। ਦਰਅਸਲ ਇੱਕ ਪ੍ਰੋਗਰਾਮ ਦੇ ਵਿੱਚ ਪੀਐਮ ਟਰੂਡੋ ਨੂੰ ਪੁੱਛਿਆ ਗਿਆ ਕਿ ਨਿੱਜਰ ਮਾਮਲੇ ਵਿੱਚ ਭਾਰਤ ਕਿਵੇਂ ਜਾਂਚ ਵਿੱਚ ਸਹਿਯੋਗ ਕਰੇ, ਜਦਕਿ ਕੈਨੇਡਾ ਨੂੰ ਚਾਹੀਦਾ ਹੈ ਕਿ ਉਹ ਪਹਿਲਾਂ ਇਸ ਦੀ ਜਾਂਚ ਪੂਰੀ ਕਰੇ। ਇਸ ਦੇ ਜਵਾਬ ਵਿੱਚ ਟਰੂਡੋ ਨੇ ਕਿਹਾ ਕਿ ਕੈਨੇਡਾ ਦੀ ਜ਼ਮੀਨ ਤੇ ਉਹਨਾਂ ਦੇ ਦੇਸ਼ ਦੇ ਨਾਗਰਿਕ ਨੂੰ ਖਤਮ ਕੀਤਾ ਗਿਆ, ਜਿਸ ਨੂੰ ਅਸੀਂ ਸੰਜੀਦਗੀ ਨਾਲ ਲੈ ਰਹੇ ਹਾਂ। ਸਾਡੇ ਕੋਲ ਪੁਖਤਾ ਸਬੂਤ ਨੇ, ਇਹਦੇ ਵਿੱਚ ਭਾਰਤ ਸਰਕਾਰ ਦੇ ਏਜੰਟ ਦਾ ਹੱਥ ਸੀ ਤੇ ਇਹ ਉਹ ਗੱਲ ਹੈ ਜਿਸ ਨੂੰ ਹਲਕੇ ਵਿੱਚ ਨਹੀਂ ਲਿਆ ਗਿਆ। ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਆਪਣੀ ਜ਼ਮੀਨ ਤੇ ਵਿਦੇਸ਼ੀ ਸਾਜ਼ਿਸ਼ ਅਤੇ ਗੈਰ ਕਾਨੂੰਨੀ ਕਾਰਵਾਈਆਂ ਨੂੰ ਰੋਕੀਏ। ਇਹ ਸਾਡੇ ਲਈ ਇੱਕ ਵੱਡਾ ਮੁੱਦਾ ਹੈ। ਜਸਟਿਨ ਟਰੂਡੋ ਨੇ ਇਹ ਵੀ ਦਾਅਵਾ ਕੀਤਾ ਕਿ ਸਾਡੀ ਸਰਕਾਰ ਇਸ ਮਸਲੇ ਤੇ ਭਾਰਤ ਸਰਕਾਰ ਦੇ ਨਾਲ ਲਗਾਤਾਰ ਕੰਮ ਕਰ ਰਹੀ ਹੈ। The killing of a Canadian citizen on Canadian soil is something that we all should take extremely seriously. And the credible allegations that agents of the Indian government were involved in that is something that we did not declare lightly, but our responsibility to protect all Canadians from illegal actions by foreign governments is something that as a country grounded in diversity, we need to take very seriously. That's why we've been unequivocal about standing up for the rule of law and ensuring that the appropriate investigations are being done in full accordance with our justice system and our police independence. At the same time, we're looking to work constructively with the government of India to get to the bottom of this, to understand how this could have happened, and to make sure that no Canadians are ever vulnerable again to foreign interference by any international power. ਹਾਲਾਂਕਿ ਭਾਰਤ ਸਰਕਾਰ ਦੇ ਵੱਲੋਂ ਵਾਰੀ ਵਾਰੀ ਇਹੀ ਦਾਅਵਾ ਕੀਤਾ ਜਾ ਰਿਹਾ ਕਿ ਸਾਨੂੰ ਨਿੱਜਰ ਮਾਮਲੇ ਵਿੱਚ ਕੈਨੇਡਾ ਦੀ ਸਰਕਾਰ ਨੇ ਕੋਈ ਸਬੂਤ ਨਹੀਂ ਦਿੱਤੇ, ਸਿਰਫ ਇਲਜ਼ਾਮ ਲਗਾਉਣ ਨਾਲ ਕੁਝ ਨਹੀਂ ਹੋਵੇਗਾ। ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਵੀ ਕਈ ਵਾਰੀ ਕਿਹਾ ਕਿ ਕੈਨੇਡਾ ਦੀ ਸਰਕਾਰ ਅੰਦਰੂਨੀ ਸਿਆਸਤ ਦੀ ਵਜ੍ਹਾ ਕਰਕੇ ਕੁਝ ਅਜਿਹੀਆਂ ਤਾਕਤਾਂ ਨੂੰ ਬੜਾਵਾ ਦੇ ਰਹੀ ਹੈ ਜੋ ਭਾਰਤ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ। ਸਾਲ 2023 ਦੇ ਸਤੰਬਰ ਮਹੀਨੇ ਦੇ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੀ ਪਾਰਲੀਮੈਂਟ ਦੇ ਵਿੱਚ ਖੜ ਕੇ ਇਹ ਵੱਡਾ ਬਿਆਨ ਦਿੱਤਾ ਸੀ ਕਿ ਭਾਰਤੀ ਏਜੰਸੀਆਂ ਦੇ ਕਰਕੇ ਹਰਦੀਪ ਸਿੰਘ ਨਿੱਜਰ ਨੂੰ ਖਤਮ ਕੀਤਾ ਗਿਆ। ਕਾਂਗਰਸ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਬੀਜੇਪੀ ਦੇ ਵਿੱਚ ਸ਼ਾਮਲ ਹੋਣ ਵਾਲੇ MP ਸੁਸ਼ੀਲ ਕੁਮਾਰ ਰਿੰਕੂ ਦਾ ਇੱਕ ਪੁਰਾਣਾ ਵੀਡੀਓ ਸਾਂਝੇ ਕਰਦਿਆਂ ਤਾਂਜ ਕੱਸਿਆ। ਖਹਿਰਾ ਨੇ ਕਿਹਾ ਰਿੰਕੂ ਨੇ ਮਾਨ ਦੀ ਸਲਾਹ ਨੂੰ ਬੜੀ ਸੰਜੀਦਗੀ ਨਾਲ ਲਿਆ। ਦਰਅਸਲ ਜਦੋਂ ਰਿੰਕੂ ਪਿਛਲੇ ਸਾਲ ਜਲੰਧਰ ਤੋਂ MP ਦੀ ਜ਼ਿਮਨੀ ਚੋਣ ਲੜ ਰਹੇ ਸੀ ਤਾਂ ਭਗਵੰਤ ਮਾਨ ਨੇ ਕਿਹਾ ਸੀ ਕਿ ਮੈਂ ਰਿੰਕੂ ਨੂੰ ਪਾਸਵਰਡ ਸ਼ੇਅਰ ਕਰ ਦਿਆਂਗਾ ਕਿ ਕਿਵੇਂ ਮੋਦੀ ਕੋਲੋਂ ਪੈਸਾ ਲੈਣਾ ਹੈ। ਚੋਣਾਂ ਦੇ ਮਾਹੌਲ ਦੇ ਵਿੱਚ ਬਹੁਤ ਸਾਰੇ ਲੀਡਰ ਤਿਤਲੀਆਂ ਬਣ ਜਾਂਦੇ ਨੇ, ਇੱਕ ਪਾਰਟੀ ਨੂੰ ਛੱਡ ਕੇ ਦੂਸਰੀ ਪਾਰਟੀ ਦੇ ਝੰਡੇ ਤੇ ਜਾ ਕੇ ਬਹਿ ਜਾਂਦੇ ਨੇ, ਪਰ ਕੁਝ ਤਿਤਲੀਆਂ ਅਜਿਹੀਆਂ ਵੀ ਹੁੰਦੀਆਂ ਨੇ ਜਿਹੜੀਆਂ ਵਾਪਸ ਉਸੇ ਪਾਰਟੀ ਵਿੱਚ ਆ ਜਾਂਦੀਆਂ ਨੇ। ਸਾਬਕਾ ਕੈਬਨਿਟ ਮੰਤਰੀ ਮਲਕੀਤ ਸਿੰਘ ਬੀਰਮੀ ਤੇ ਸਾਬਕਾ ਵਿਧਾਇਕ ਲਵ ਕੁਮਾਰ ਗੋਲਡੀ ਨੇ ਮੁੜ ਤੋਂ ਕਾਂਗਰਸ ਦਾ ਪੱਲਾ ਫੜ ਲਿਆ। ਦੋਵੇਂ ਲੀਡਰ ਪੰਜਾਬ ਪ੍ਰਦੇਸ਼ ਕਾਂਗਰਸ ਦੇ ਇੰਚਾਰਜ ਦਵਿੰਦਰ ਯਾਦਵ, ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਤੇ ਸੰਸਦ ਮੈਂਬਰ ਮਨੀਸ਼ ਤਿਵਾੜੀ ਦੀ ਹਾਜ਼ਰੀ ਵਿੱਚ ਮੁੜ ਤੋਂ ਕਾਂਗਰਸ ਵਿੱਚ ਸ਼ਾਮਲ ਹੋਏ ਨੇ। ਮਲਕੀਤ ਸਿੰਘ ਬੀਰਮੀ 2014 ਦੇ ਵਿੱਚ ਕਾਂਗਰਸ ਨੂੰ ਛੱਡ ਅਕਾਲੀ ਦਲ ਗਏ ਸੀ ਤੇ ਸਾਬਕਾ ਵਿਧਾਇਕ ਲਵ ਕੁਮਾਰ ਗੋਲਡੀ ਨੇ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਨੂੰ ਛੱਡ ਕੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਲੋਕ ਕਾਂਗਰਸ ਪਾਰਟੀ ਜੁਆਇਨ ਕੀਤੀ ਸੀ। ਮੈਂ ਜਿੱਥੇ ਦਾ ਧੰਨਵਾਦ ਕਰਦਾ ਉੱਥੇ ਦਾ ਵਾਅਦਾ ਵੀ ਕਰਦਾ ਕਿ ਜਿਸ ਤਰ੍ਹਾਂ ਪਿਛਲੇ 32-33 ਸਾਲ ਪਾਰਟੀ ਸੇਵਾ ਕੀਤੀ ਸੀ 1986 ਤੋਂ ਲੈ ਕੇ ਜਦੋਂ ਟੈਰੋਰਿਜ਼ਮ ਸੀ, ਕੋਈ ਪੰਜਾਬ ਚਾਹੁੰਦਾ ਨਹੀਂ ਸੀ, ਉਹਨਾਂ ਦਿਨਾਂ ਵਿੱਚ ਆ ਕੇ ਮੈਂ ਸਰ ਬਿਆਨ ਸਿੰਘ ਜੀ ਪ੍ਰੈਜ਼ੀਡੈਂਟ ਦੇ ਤੇ ਪੰਜਾਬ ਪ੍ਰਦੇਸ਼ ਦੇ ਉਦੋਂ ਲੈ ਕੇ 92 ਤੱਕ ਰਾਤ ਦਿਨ ਅਸੀਂ ਪੂਰਾ ਪੰਜਾਬ ਦਾ ਟੂਰ ਕਰਦੇ ਰਹੇ ਉਹਨਾਂ ਦਿਨਾਂ ਦੇ ਵਿੱਚ ਵੀ। ਜਿਸ ਤਰ੍ਹਾਂ ਪ੍ਰਧਾਨ ਜੀ ਨੇ ਦੱਸਿਆ
ਕਿ ਇੱਕ ਮਜ਼ਬੂਰੀ ਐਸੀ ਸੀ, ਮੈਂ ਬਿਆਨ ਨਹੀਂ ਕਰਨਾ ਚਾਹੁੰਦਾ, ਪਰ ਉਸ ਕਰਕੇ ਮੈਨੂੰ ਥੋੜ੍ਹੇ ਅਰਸੇ ਲਈ ਜਾਣਾ ਪਿਆ ਸੀ। ਇੱਕ ਮੇਰੀ ਬੇਟੀ ਸ਼ਾਦੀ ਦੇ ਉਹਨਾਂ ਵਿੱਚ, ਇਸ ਵਾਸਤੇ ਮੈਂ 6 ਮਹੀਨੇ ਬਾਅਦ ਇੰਤਜ਼ਾਰ ਕਰ ਬੈਠਿਆ ਸੀ। ਜਿੰਨੀ ਮੈਨੂੰ ਸੇਵਾ ਹੋ ਸਕੀ ਕੀਤੀ, ਮੈਂ ਜਿਵੇਂ ਕਰਦਾ ਰਿਹਾ, ਪਰ ਮੈਨੂੰ ਬਹੁਤ ਔਫਰ ਆਏ ਨੇ ਇੱਧਰੋਂ ਉੱਧਰੋਂ, ਮੈਂ ਨਿਕਲ ਗਿਆ। ਅੱਜ ਮਨੀਸ਼ ਜੀ ਮੈਨੂੰ ਵੜ ਕੇ ਲੈ ਕੇ ਆਏ ਨੇ, ਔਰ ਮੈਂ ਸਾਰੇ ਹਾਈ ਕਮਾਂਡ ਦਾ ਧੰਨਵਾਦੀ ਹੈ। ਜਦੋਂ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਉਸ ਟਾਈਮ ਕਾਂਗਰਸ ਪਾਰਟੀ ਤੋਂ ਐਜ਼ ਏ ਚੀਫ ਮਿਨਿਸਟਰ ਹਟਾਇਆ ਸੀ, ਉਸ ਟਾਈਮ ਅਸੀਂ ਉਹਨਾਂ ਦੇ ਨਾਲ ਜਿਹੜੇ ਆ ਹਟ ਗਏ ਸੀ ਪਿੱਛੇ ਕਾਂਗਰਸ ਪਾਰਟੀ ਤੋਂ। ਅਤੇ ਜਦੋਂ ਉਹਨਾਂ ਨੇ ਵਾਪਸ ਦੁਬਾਰਾ BJP 'ਚ ਜਾਣ ਦਾ ਜਿਹੜਾ ਹੈਗਾ ਫੈਸਲਾ ਲਿਆ, ਅਤੇ ਅਸੀਂ ਉਸ ਤੋਂ ਅੜਿੱਕ ਹੋ ਕੇ ਵਾਪਸ ਪਿੱਛੇ ਆਪਣੀ ਪਾਰਟੀ 'ਚ ਆ ਕੇ ਆਪਣੀ ਪਾਰਟੀ ਜਾਣਾ ਬਿਹਤਰ ਸਮਝਿਆ। ਸੋ ਅਸੀਂ ਕਾਫੀ ਸਮੇਂ ਤੋਂ ਮਨੀਸ਼ ਤਿਵਾੜੀ ਜੀ ਦੇ ਨਾਲ ਐਜ਼ ਏ ਮੈਂਬਰ ਪਾਰਲੀਮੈਂਟ ਉਹਨਾਂ ਦੇ ਹਲਕੇ 'ਚ ਗੜ੍ਹ ਸ਼ੰਕਰ 'ਚ ਕਾਫੀ ਸਮੇਂ ਤੋਂ ਅਸੀਂ ਉਹਨਾਂ ਦੇ ਨਾਲ ਉੱਥੇ ਇਹਨਾਂ ਦਾ ਜਿਹੜਾ ਚੋਣ ਪ੍ਰਚਾਰ ਔਰ ਇਹਨਾਂ ਦਾ ਕੰਮ ਕਰ ਕਾਂਗਰਸ ਪਾਰਟੀ ਦਾ ਦੇਖਦੇ ਰਹੇ। ਔਰ ਅੱਜ ਮੈਂ ਸ਼ੁਕਰਗੁਜ਼ਾਰ ਹਾਂ ਯਾਦਵ ਸਾਹਿਬ ਜੀ ਦਾ ਔਰ ਸਾਡੇ ਪ੍ਰਧਾਨ ਜੀ ਦਾ, ਰਾਜਾ ਵੜਿੰਗ ਜੀ ਦਾ ਔਰ ਮਨੀਸ਼ ਤਿਵਾੜੀ ਜੀ ਦਾ, ਇਹਨਾਂ ਨੇ ਵਾਪਸ ਸਾਨੂੰ ਬਿਹਤਰ ਸਮਝਿਆ ਕਿ ਅਸੀਂ ਪਾਰਟੀ ਦੇ ਵਿੱਚ ਆ ਕੇ ਦੁਬਾਰਾ ਜਿਹੜੀ ਹੈਗੀ ਹੈ ਉਹ ਸੇਵਾ ਕਾਂਗਰਸ ਪਾਰਟੀ ਦੀ ਕਰ ਸਕੀਏ। ਹਾਲਾਂਕਿ ਕਾਂਗਰਸ ਦੀ ਪ੍ਰੈਸ ਕਾਨਫਰੰਸ ਤੋਂ ਪਹਿਲਾਂ ਇਹ ਖਬਰਾਂ ਉੱਡ ਰਹੀਆਂ ਸਨ ਕਿ ਕਾਂਗਰਸ ਦੇ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਪਾਰਟੀ ਵਿੱਚ ਵਾਪਸੀ ਕਰ ਸਕਦੇ ਨੇ, ਪਰ ਅਜਿਹਾ ਕੁਝ ਨਹੀਂ ਹੋਇਆ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯਾਨੀ ਕਿ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਨੇ ਵੀ ਲੋਕ ਸਭਾ ਚੋਣਾਂ ਲਈ ਪਹਿਲੀ ਸੂਚੀ ਦਾ ਐਲਾਨ ਕਰ ਦਿੱਤਾ। 7 ਨਾਵਾਂ ਦਾ ਐਲਾਨ ਕੀਤਾ ਗਿਆ, ਜਿਸ ਵਿੱਚ ਪੰਜਾਬ ਤੇ ਹਰਿਆਣਾ ਤੋਂ ਉਮੀਦਵਾਰਾਂ ਦੇ ਨਾਮ ਹਨ। ਸਿਮਰਨਜੀਤ ਸਿੰਘ ਮਾਨ ਇੱਕ ਵਾਰੀ ਫਿਰ ਤੋਂ ਸੰਗਰੂਰ ਲੋਕ ਸਭਾ ਸੀਟ ਤੋਂ ਦਾਅਵੇਦਾਰੀ ਪੇਸ਼ ਕਰਨਗੇ। ਪਟਿਆਲਾ ਤੋਂ ਪ੍ਰੋਫੈਸਰ ਮਹਿੰਦਰਪਾਲ ਸਿੰਘ, ਲੁਧਿਆਣੇ ਤੋਂ ਅੰਮ੍ਰਿਤਪਾਲ ਸਿੰਘ ਛੰਦੜਾ, ਫਰੀਦਕੋਟ ਤੋਂ ਬਲਦੇਵ ਸਿੰਘ ਗੱਗੜ, ਅਨੰਦਪੁਰ ਸਾਹਿਬ ਤੋਂ ਇੰਜੀਨੀਅਰ ਕੁਸ਼ਲਪਾਲ ਸਿੰਘ ਅਤੇ ਕਰਨਾਲ ਤੋਂ ਹਰਜੀਤ ਸਿੰਘ ਵਿਰਕ ਤੋਂ ਇਲਾਵਾ ਕੁਰੂਕਸ਼ੇਤਰ ਤੋਂ ਖਜ਼ਾਨ ਸਿੰਘ ਨੂੰ ਖੜਾ ਕੀਤਾ ਗਿਆ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਅਦਾਲਤ ਤੋਂ 2 ਵੱਖ-ਵੱਖ ਝਟਕੇ ਲੱਗੇ ਨੇ। ਪਹਿਲਾ ਝਟਕਾ ਰਾਊਸ ਐਵੀਨਿਊ ਅਦਾਲਤ ਤੋਂ ਲੱਗਿਆ, ਜਿੱਥੇ ਅਦਾਲਤ ਨੇ 1 ਅਪ੍ਰੈਲ ਤੱਕ ਯਾਨੀ ਕਿ ਕੇਜਰੀਵਾਲ ਦਾ ਰਿਮਾਂਡ 4 ਦਿਨ ਤੱਕ ਹੋਰ ਵਧਾ ਦਿੱਤਾ ਹੈ। ED ਨੇ ਪੁੱਛਗਿੱਛ ਲਈ ਭਾਵੇਂ 6 ਦਿਨ ਦਾ ਰਿਮਾਂਡ ਮੰਗਿਆ ਸੀ, ਪਰ 4 ਦਿਨ ਦਾ ਹੀ ਮਨਜ਼ੂਰ ਕੀਤਾ। ਰਿਮਾਂਡ ਤੇ ਬਹਿਸ ਦੌਰਾਨ ED ਨੇ ਪੰਜਾਬ ਦੀ ਐਕਸਾਈਜ਼ ਪਾਲਿਸੀ ਨੂੰ ਲੈ ਕੇ ਜਿਹੜਾ ਦਾਅਵਾ ਕੀਤਾ ਹੈ ਉਹ ਭਗਵੰਤ ਮਾਨ ਸਰਕਾਰ ਦੀ ਨੀਂਦ ਉਡਾਉਣ ਵਾਲਾ ਜ਼ਰੂਰ ਹੈ। ED ਨੇ ਕੇਜਰੀਵਾਲ ਦਾ ਰਿਮਾਂਡ ਹਾਸਲ ਕਰਨ ਵੇਲੇ ਕਿਹਾ ਕਿ ਅਸੀਂ ਪੰਜਾਬ ਦੇ ਐਕਸਾਈਜ਼ ਵਿਭਾਗ ਦੇ ਅਧਿਕਾਰੀਆਂ ਨੂੰ ਪੁੱਛਗਿੱਛ ਲਈ ਸੰਮਨ ਕੀਤਾ। ਪੰਜਾਬ BJP ਦੇ ਪ੍ਰਧਾਨ ਸੁਨੀਲ ਜਾਖੜ ਨੇ ਵੀ BJP ਦੇ ਵਫਦ ਨਾਲ ਕੁਝ ਦਿਨ ਪਹਿਲਾਂ ਪੰਜਾਬ ਦੇ ਚੋਣ ਕਮਿਸ਼ਨ ਨੂੰ ਚਿੱਠੀ ਦੇ ਕੇ ਮੰਗ ਕੀਤੀ ਸੀ ਕਿ ਪੰਜਾਬ ਦੇ ਐਕਸਾਈਜ਼ ਅਫਸਰਾਂ ਤੋਂ ਵੀ ਪੁੱਛਗਿੱਛ ਹੋਵੇ, ਕਿਉਂਕਿ ਪੰਜਾਬ ਦੀ ਸ਼ਰਾਬ ਨੀਤੀ ਦਾ ਘੁਟਾਲਾ ਦਿੱਲੀ ਨਾਲੋਂ ਵੀ ਵੱਡਾ ਹੈ। ਕਾਂਗਰਸ ਵਿਧਾਇਕ ਸੁਖਪਾਲ ਖਹਿਰਾ ਨੇ ਵੀ ਐਕਸਾਈਜ਼ ਪਾਲਿਸੀ ਦੀ ਜਾਂਚ ਦੀ ਮੰਗ ਕੀਤੀ ਹੈ। ਆਮ ਆਦਮੀ ਪਾਰਟੀ ਦੇ ਜਨਰਲ ਸਕੱਤਰ ਤੇ ਪੰਜਾਬ ਤੋਂ ਰਾਜ ਸਭਾ ਮੈਂਬਰ ਸੰਦੀਪ ਪਾਠਕ ਨੇ BJP ਤੇ ਪਾਰਟੀ ਤੋੜਨ ਦੇ ਜਿਹੜੇ ਇਲਜ਼ਾਮ ਲਾਏ ਨੇ ਉਸ ਤੇ ਕਿਧਰੇ ਨਾ ਕਿਧਰੇ BJP 'ਚ ਸ਼ਾਮਿਲ ਹੋਏ ਰਵਨੀਤ ਬਿੱਟੂ ਨੇ ਮੋਹਰ ਲਾ ਦਿੱਤੀ ਹੈ। ਬਿੱਟੂ ਨੇ ਕਿਹਾ ਕਿ ਲੋਕ ਸਭਾ ਚੋਣਾਂ ਖਤਮ ਹੋਣ ਤੋਂ ਬਾਅਦ ਪੰਜਾਬ ਤੇ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਡਿੱਗ ਜਾਵੇਗੀ। ਬਿੱਟੂ ਨੇ ਦਾਅਵਾ ਕੀਤਾ ਹੈ ਕਿ ਆਮ ਆਦਮੀ ਪਾਰਟੀ ਦੇ ਕਈ ਵਿਧਾਇਕਾਂ ਨੇ ਉਹਨਾਂ ਨੂੰ ਖੁਦ ਇਸ ਦੀ ਜਾਣਕਾਰੀ ਦਿੱਤੀ ਹੈ। ਕੇਜਰੀਵਾਲ ਕਹਿੰਦੇ ਖੁਦ ਜੇਲ੍ਹ ਦੇ ਵਿੱਚ ਨੇ, ਰਾਘਵ ਚੱਡਾ ਭਗੌੜਾ ਹੋ ਗਿਆ, ਅਜਿਹੇ ਵਿੱਚ ਕਿਹੜਾ ਲੀਡਰ ਪਾਰਟੀ ਦੀ ਅਗਵਾਈ ਕਰੇਗਾ। ਦੱਸੀ ਜਾ ਰਹੇ ਜੋ ਹਾਲਾਤ ਨੇ, ਜਿੱਦਣ ਲੋਕ ਸਭਾ ਦੀਆਂ ਚੋਣਾਂ ਖਤਮ ਹੋਈਆਂ, ਤੁਸੀਂ ਦੋਨੋਂ ਜਗ੍ਹਾ ਦੇਖੋਗੇ ਵੀ MLA ਚਾਹੇ ਉਹ ਦਿੱਲੀ ਦੇ ਹੋਣ ਚਾਹੇ ਪੰਜਾਬ ਦੇ ਹੋਣ, ਦੋਨੋਂ ਸਰਕਾਰਾਂ ਟੁੱਟਣਗੀਆਂ। ਦਰਅਸਲ ਆਮ ਆਦਮੀ ਪਾਰਟੀ ਦੇ ਜਨਰਲ ਸਕੱਤਰ ਸੰਦੀਪ ਪਾਠਕ ਨੇ ਆਪਣੇ ਸੋਸ਼ਲ ਮੀਡੀਆ ਖਾਤੇ ਤੇ BJP ਖਿਲਾਫ ਗੰਭੀਰ ਇਲਜ਼ਾਮ ਲਾਉਂਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਲਾਲਚ ਦਿੱਤਾ ਜਾ ਰਿਹਾ ਹੈ ਕਿ ਤੁਸੀਂ ਜੋ ਚਾਹੀਦਾ ਹੈ ਤੁਸੀਂ ਬੋਲੋ, ਤੁਹਾਨੂੰ ਮਿਲ ਜਾਵੇਗਾ, ਨਹੀਂ ਤਾਂ ਤੁਹਾਡੀ ਖੈਰ ਨਹੀਂ। ਅਖੀਰ ਵਿੱਚ ਪਾਠਕ ਨੇ ਇਹ ਵੀ ਲਿਖਿਆ ਕਿ ਸੱਚ ਦੀ ਜਿੱਤ ਹੋਵੇਗੀ।
ਉਧਰ ਦਿੱਲੀ ਦੇ ਮੰਤਰੀ ਸੌਰਵ ਭਾਰਦਵਾਜ ਨੇ ਵੀ ਦਾਅਵਾ ਕੀਤਾ ਕਿ ਪੰਜਾਬ ਦੇ ਵਿਧਾਇਕਾਂ ਨੂੰ ਵਾਈ ਪਲੱਸ ਸੁਰੱਖਿਆ ਪੈਸਾ ਤੇ ਲੋਕ ਸਭਾ ਟਿਕਟਾਂ ਦੇ ਆਫਰ ਦਿੱਤੇ ਜਾ ਰਹੇ ਨੇ, ਜਦਕਿ ਬੀਜੇਪੀ ਦੇ ਲੀਡਰ ਮਨਜਿੰਦਰ ਸਿੰਘ ਸਿਰਸਾ ਨੇ ਇਹਨਾਂ ਲੀਡਰਾਂ ਨੂੰ ਜਵਾਬ ਦਿੱਤਾ ਹੈ। ਸਵਾਲ ਇਹ ਉੱਠਦਾ ਹੈ ਕਿ ਅਗਰ ਭਾਰਤੀ ਜਨਤਾ ਪਾਰਟੀ ਕੇ ਹਾਲਾਤ ਪੰਜਾਬ ਮੇ ਇਤਨੇ ਖਰਾਬ ਹੈ ਤੋ ਕਿਉਂ ਭਾਰਤੀ ਜਨਤਾ ਪਾਰਟੀ ਆਮ ਆਦਮੀ ਪਾਰਟੀ ਕੇ ਸਾਂਸਦ ਵਿਧਾਇਕ ਕੱਲ ਤੋੜ ਕੇ ਲੈ ਗਈ। ਔਰ ਕੱਲ ਇੱਕ ਔਰ ਖਬਰ ਹਮਾਰੇ ਪੰਜਾਬ ਕੇ ਵਿਧਾਇਕੋ ਨੇ ਦੀ ਕਿ ਪੰਜਾਬ ਮੇ ਬਹੁਤ ਸਾਰੇ ਵਿਧਾਇਕੋ ਕੇ ਪਾਸ ਪਾਰਟੀ ਬਦਲਨੇ ਕੇ ਲੀਏ ਭਾਰਤੀ ਜਨਤਾ ਪਾਰਟੀ ਮੇ ਆਨੇ ਕੇ ਲੀਏ ਉਨਕੋ ਪੈਸਾ ਆਫਰ ਕੀਆ ਗਿਆ, ਉਨਕੋ ਵਾਈ ਪਲੱਸ ਸਿਕਿਉਰਿਟੀ ਆਫਰ ਕੀ ਗਈ, ਉਨਕੋ ਪੋਜੀਸ਼ਨਸ ਆਫਰ ਕੀ ਗਈ, ਯਹਾਂ ਤੱਕ ਕਿ ਉਨਕੋ ਸੰਸਦ ਕੇ ਅੰਦਰ ਚੁਣਾਵ ਲੜਾਨੇ ਕੀ ਬਾਤ ਭਾਰਤੀ ਜਨਤਾ ਪਾਰਟੀ ਨੇ ਕਹੀ। ਸੌਰਵ ਭਾਰਦਵਾਜ ਹੁਣ ਪੀ ਸੀ ਕਰਕੇ ਕਹਿ ਰਹੇ ਆ ਸਾਡੇ ਐੱਮ ਐੱਲ ਏ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਉਹਨਾਂ ਨੂੰ 3 ਐੱਮ ਐੱਲ ਏ ਨੂੰ ਫੋਨ ਆ ਗਏ, ਰਿੰਕੂ ਵਾਈ ਪਲੱਸ ਸਿਕਿਉਰਿਟੀ ਕਰਕੇ ਚਲੇ ਗਏ। ਮਤਲਬ ਜੋ ਤੁਸੀਂ ਲੋਕਾਂ ਨਾਲ ਵਾਅਦੇ ਕੀਤੇ ਸੀ ਪੂਰੇ ਨਹੀਂ ਕੀਤੇ, ਲੋਕ ਪਿੰਡਾਂ 'ਚ ਨਹੀਂ ਵੜਨ ਦੇ ਰਹੇ। ਪੰਜਾਬ ਦੇ ਨੌਜਵਾਨ ਬੱਚਿਆਂ ਨੂੰ ਤੁਸੀਂ ਐੱਨ ਐੱਸ ਏ ਲਾ ਕੇ ਜੇਲ੍ਹਾਂ 'ਚ ਬੰਦ ਕਰ ਦਿੱਤਾ। ਅੱਤ ਦਾ ਅਤੇ ਰੱਬ ਦਾ ਵੈਰ ਹੁੰਦਾ ਹੈ, ਉਸ ਕਰਕੇ ਲੋਕ ਤੁਹਾਨੂੰ ਛੱਡ ਕੇ ਭੱਜ ਰਹੇ ਨੇ। ਤਾਂ ਕਰਕੇ ਰਿੰਕੂ ਜਿਹੜੇ ਤੁਸੀਂ ਕਹਿ ਰਹੇ ਹੋ ਕਾਂਗਰਸ ਤੋਂ ਲੈ ਕੇ ਆਏ ਸੀ ਅਤੇ ਇਮਾਨਦਾਰ ਸੀ, ਅਤੇ ਹੁਣ ਤੁਹਾਨੂੰ ਛੱਡ ਕੇ ਤੁਹਾਡੀ ਟਿਕਟ ਛੱਡ ਕੇ ਅਤੇ ਬੀਜੇਪੀ ਚਲੇ ਤਾਂ ਗਲਤ ਹੋ ਗਏ, ਕਮਾਲ ਹੋ ਗਈ ਆ। ਔਰ ਤੁਸੀਂ ਪਿਛਲੇ ਵੀ ਕਹਿ ਸਾਡੇ ਐੱਮ ਐੱਲ ਏ ਖਰੀਦ ਰਹੇ ਨੇ, ਸਾਡੇ ਕੋਲ ਸਬੂਤ ਨੇ, ਉਹ ਕਿੱਥੇ ਨੇ ਸਬੂਤ? ਉਹ ਆਡੀਓ ਕਿੱਥੇ ਆ ਜਿਹੜੀ ਤੁਸੀਂ ਕਹਿ ਰਹੇ ਸੀ ਅਸੀਂ ਮੁਕੱਦਮਾ ਦਰਜ ਕਰਾ ਦਿੱਤਾ ਪੁਲਿਸ ਨੂੰ ਦਿਆਂਗੇ? ਦਿਓ ਲੋਕਾਂ ਦੇ ਅੰਦਰ, ਕਿਉਂਕਿ ਤੁਸੀਂ ਝੂਠ ਔਰ ਬੇਈਮਾਨੀ ਕਰ ਰਹੇ ਜੇ। ਤੁਹਾਡੇ ਕੋਲ ਜਵਾਬ ਨਹੀਂ, ਲੋਕ ਤੁਹਾਨੂੰ ਪਿੰਡਾਂ 'ਚ ਨਹੀਂ ਵੜਨ ਦੇ ਰਹੇ, ਲੋਕਾਂ ਤੁਹਾਡੀਆਂ ਟਿਕਟਾਂ ਛੱਡ ਛੱਡ ਭੱਜਣਾ ਹੈ। ਹਾਲਾਤ ਇਹ ਬਣ ਜਾਣੇ ਨੇ ਜਿਹਨਾਂ ਤੁਸੀਂ ਟਿਕਟਾਂ ਦੇਣੀਆਂ ਨੇ ਉਹਨਾਂ ਨੇ ਜਦੋਂ ਪਿੰਡਾਂ 'ਚ ਜਾਣਾ, ਲੋਕਾਂ ਇੱਟਾਂ ਵੱਟੇ ਮਾਰਨੇ, ਉਹਨਾਂ ਕਹਿਣਾ ਅਸੀਂ ਚੁਣਾਵ ਨਹੀਂ ਲੜਨਾ, ਕਿਉਂਕਿ ਤੁਸੀਂ ਪੰਜਾਬ ਨੂੰ ਠੱਗਿਆ ਹੈ, ਲੁੱਟਿਆ ਹੈ। ਔਰ ਅੱਜ ਕੇਜਰੀਵਾਲ ਦਿੱਲੀ 'ਚ ਦਾ ਹਿਸਾਬ ਦੇ ਰਿਹਾ ਹੈ, ਛੇਤੀ ਪੰਜਾਬ ਦੇ ਲੋਕਾਂ ਨੂੰ ਇਹ ਤੁਹਾਨੂੰ ਹਿਸਾਬ ਦੇਣਾ ਪਊਗਾ। ਇਹ ਪੰਜਾਬ ਦੇ ਲੋਕ ਤੁਹਾਡੇ ਤੋਂ ਇੱਕ ਇੱਕ ਐੱਮ ਐੱਲ ਏ ਤੋਂ, ਇੱਕ ਇੱਕ ਮੰਤਰੀ ਤੋਂ ਔਰ ਮੁੱਖ ਮੰਤਰੀ ਤੋਂ ਹਿਸਾਬ ਮੰਗਣਗੇ। ਕਾਂਗਰਸ ਦੇ ਵਿੱਚ ਸ਼ਾਮਿਲ ਹੋ ਚੁੱਕੇ ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ੀਤਲ ਅੰਗੁਰਾਲ ਪਹਿਲੇ ਉਹ ਸ਼ਖਸ ਸਨ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਵਿੱਚ ਰਹਿੰਦੇ ਹੋਏ ਸਭ ਤੋਂ ਪਹਿਲਾਂ ਦਾਅਵਾ ਕੀਤਾ ਸੀ ਕਿ ਉਹਨਾਂ ਨੂੰ ਆਪਰੇਸ਼ਨ ਲੋਟਸ ਦੇ ਤਹਿਤ ਬੀਜੇਪੀ ਵੱਲੋਂ ਤਗੜੇ ਪੈਸੇ ਦਾ ਆਫਰ ਆਇਆ ਹੈ। ਹਾਲਾਂਕਿ ਬੀਤੇ ਦਿਨੀ ਅੰਗੁਰਾਲ ਨੇ ਇਸ ਨੂੰ ਆਮ ਆਦਮੀ ਪਾਰਟੀ ਦੀ ਚਾਲ ਦੱਸਿਆ ਤੇ ਛੇਤੀ ਹੀ ਪੂਰੇ ਸਬੂਤਾਂ ਦੇ ਨਾਲ ਇਸਦਾ ਖੁਲਾਸਾ ਕਰਨ ਦਾ ਦਾਅਵਾ ਕੀਤਾ ਸੀ। ਕੱਲ ਹੀ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਜਲਾਲਾਬਾਦ ਤੋਂ ਵਿਧਾਇਕ ਜਗਦੀਪ ਗੋਲਡੀ ਕੰਬੋਜ ਸਮੇਤ ਤਿੰਨ ਵਿਧਾਇਕਾਂ ਨੇ ਚੰਡੀਗੜ੍ਹ 'ਚ ਪ੍ਰੈਸ ਕਾਨਫਰੰਸ ਕਰਕੇ ਦਾਅਵਾ ਕੀਤਾ ਸੀ ਕਿ ਉਹਨਾਂ ਨੂੰ ਖਰੀਦਣ ਦੇ ਲਈ ਫੋਨ ਆ ਰਹੇ ਨੇ ਕਿ ਜਾਂ ਤਾਂ 25 ਕਰੋੜ ਲੈ ਕੇ ਵਿਕ ਜਾਵੋ ਜਾਂ ਫਿਰ ਨਤੀਜੇ ਭੁਗਤਣ ਲਈ ਤਿਆਰ ਰਹੋ। ਕੱਲ ਤਕਰੀਬਨ 12:52 ਤੇ ਇੱਕ ਇੱਕ ਕਾਲ ਆਈ, ਜਿਹੜਾ ਨੰਬਰ ਹੈ +357 9671 8959। ਇੱਕ ਕਾਲ ਆਈ, ਮੈਂ ਸੇਵਕ ਸਿੰਘ ਬੋਲ ਰਿਹਾ, ਇਹ ਨੰਬਰ ਸਾਈਪ੍ਰਸ ਦਾ ਨੰਬਰ ਹੈ। ਮੈਂ ਸੇਵਕ ਸਿੰਘ ਬੋਲ ਰਿਹਾ, ਤੁਸੀਂ MLA ਸਾਹਿਬ ਬੋਲ ਰਹੇ ਹੋ? ਮੈਂ ਕਿਹਾ ਜੀ ਬੋਲ ਰਿਹਾ। ਕਹਿੰਦਾ ਜੀ ਮੈਂ ਜਗਦੀਪ ਕੰਬੋਜੀ ਨਾਲ ਗੱਲ ਕਰਨੀ। ਮੈਂ ਕਿਹਾ ਜੀ ਬੋਲ ਰਿਹਾ। ਕਹਿੰਦਾ ਜੀ ਤੁਸੀਂ ਕੰਫਰਟੇਬਲ ਹੋ ਗੱਲ ਕਰਨ ਵਾਸਤੇ? ਮੈਂ ਕਿਹਾ ਜੀ ਬੋਲੋ। ਕਹਿੰਦਾ ਮੇਰੀ ਤੁਹਾਨੂੰ ਇੱਕ ਆਫਰ ਹੈ, ਅਸੀਂ ਤੁਹਾਨੂੰ BJP ਜੁਆਇਨ ਕਰਾਉਣਾ ਚਾਹੁੰਦੇ ਹਾਂ। ਮੈਂ ਕਿਹਾ ਜੀ ਕਿਸ ਲਈ? ਕਹਿੰਦੇ ਜੀ ਤੁਹਾਡੇ ਲਈ ਬਹੁਤ ਚੰਗੀ ਆਫਰ ਹੈ, ਜੋ ਤੁਹਾਡੀ ਡਿਮਾਂਡ ਹੈ ਤੁਸੀਂ ਦੱਸੋ। ਮੈਂ ਕਿਹਾ ਜੀ ਮੇਰੀ ਕੋਈ ਡਿਮਾਂਡ ਨਹੀਂ। ਕਹਿੰਦੇ ਤਕਰੀਬਨ 20-25 ਕਰੋੜ ਰੁਪਈਆ ਤੁਹਾਨੂੰ ਅਸੀਂ ਦਿਆਂਗੇ, ਤੁਸੀਂ BJP ਪਾਰਟੀ ਜੁਆਇਨ ਕਰੋ। ਮੈਂ ਕਿਹਾ ਜੀ ਮੈਨੂੰ ਕੋਈ ਲੋੜ ਨਹੀਂ BJP ਪਾਰਟੀ ਜੁਆਇਨ ਕਰਨ ਲਈ, ਅਤੇ ਤੁਸੀਂ ਮੇਰਾ ਨੰਬਰ ਕਿਸ ਤੋਂ ਲਿਆ ਅਤੇ ਕਿਉਂ ਲਿਆ? ਨਾ ਮੇਰਾ ਕੋਈ ਇੰਟਰਸਟ ਹੈ ਅਤੇ ਨਾ ਹੀ ਮੈਨੂੰ
ਤੁਹਾਡੀ ਕੋਈ ਲੋੜ ਹੈ? ਬਿਕੋਜ਼ ਆਮ ਆਦਮੀ ਪਾਰਟੀ ਨੇ ਜੋ ਸਾਡੇ ਲਈ ਕਰਿਆ ਸ਼ਾਇਦ ਅਸੀਂ ਸੋਚ ਵੀ ਨਹੀਂ ਸਕਦੇ ਸੀ। ਆਮ ਘਰਾਂ ਦੇ ਨੌਜਵਾਨ ਭੈਣ ਭਰਾਵਾਂ ਨੂੰ ਸਾਨੂੰ ਇੱਥੇ ਆਉਣ ਦਾ ਮੌਕਾ ਮਿਲਿਆ। ਇਹਨਾਂ ਸਾਰੀਆਂ ਇਲਜ਼ਾਮਬਾਜ਼ੀਆਂ ਦਰਮਿਆਨ ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਫਿਰ ਪ੍ਰੈਸ ਕਾਨਫਰੰਸ ਕਰਦੇ ਹੋਏ ਆਪ ਵਿਧਾਇਕ ਜਗਦੀਪ ਗੋਲਡੀ ਦੇ 25 ਕਰੋੜ ਦੇ ਦਾਅਵੇ ਤੇ ਤੰਜ ਕਸਦਿਆਂ ਕਿਹਾ ਕਿ ਜਿਨ੍ਹਾਂ ਲੋਕਾਂ ਤੇ 5,000 ਦੇ ਲਈ ਕੇਸ ਕੀਤੇ ਹੋਏ ਨੇ ਉਹਨਾਂ ਨੂੰ 25 ਕਰੋੜ ਕੌਣ ਆਫਰ ਕਰੂਗਾ? ਬਤਾਈਏ, ਜੋ ਮਾਲ ਬਾਜ਼ਾਰ ਮੇ 5,000 ਰੁਪਏ ਮੇ ਮਿਲਤਾ ਹੋ ਜਾਂ 25,000 ਮੇ ਮਿਲਤਾ ਹੋ, ਉਸਕੇ 25 ਕਰੋੜ ਕੌਣ ਦੇਗਾ ਸਾਹਿਬ? ਇਹ ਲੋਕ ਆਪਣੇ ਆਪ ਕੋ ਕੁਛ ਜ਼ਿਆਦਾ ਆਂਕ ਰਹੇ ਹੈ, ਇਹ ਉਹ ਆਮ ਲੋਕ ਹੈ ਜਿਨ੍ਹਾਂ ਨੇ ਆਪਣੀ ਕੀਮਤ 25 ਕਰੋੜ ਰੁਪਏ ਆਂਕ ਰੱਖੀ ਹੈ। ਇਨਕੀ ਕੀਮਤ ਪੰਜਾਬ ਕੇ ਲੋਗੋ ਮੇ ਬਿਲਕੁਲ ਸਪਸ਼ਟ ਹੋ ਚੁੱਕੀ ਹੈ। ਲੋਕ ਆਉਣ ਵਾਲੇ ਸਮੇਂ 'ਚ ਬੁਖਲਾ ਕੇ ਕੱਲ੍ਹ ਜਿਹੜੇ ਕਹਿ ਰਹੇ ਸੀ ਵੀ ਧੱਕਾ ਹੋ ਰਿਹਾ, ਇਹਨਾਂ ਨੇ ਜੁਆਇਨ ਕੀਤਾ ਕੱਲ੍ਹ ਸ਼ੀਤਲ ਅੰਗਰਾਲ ਜੀ ਦੇ ਘਰੇ ਜਾ ਕੇ, ਰਿੰਕੂ ਜੀ ਦੇ ਘਰੇ ਜਾ ਕੇ, ਤੁਹਾਡੇ ਵੀ ਘਰੇ ਆ ਕੇ ਗੜਬੜ ਕੀਤੀ ਹੈ। ਸ਼ੀਤਲ ਜੀ ਦੇ ਜਾ ਕੇ ਉੱਥੇ ਬੂਹੇ ਭੰਨੇ ਹੈ, ਗੁੰਡਾਗਰਦੀ ਕੀ ਹੈ।